ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਅੱਜ ਆਪਣਾ ਇੱਧਰ ਰੈਲੀ ਸੀਗੀ ਆਪਣਾ PIU ਆਪਣਾ ਨਸ਼ੇ ਤੋਂ ਵਿਰੁੱਧ। ਅਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਕਿ ਪੰਜਾਬ ਆਪਣਾ ਨਸ਼ੇ ਹੀ ਕੱਸਦਾ ਜਾ ਰਿਹਾ ਬਹੁਤ। ਲੋਕ ਆਪਣਾ ਛੋਟੀ ਛੋਟੀ ਉਮਰ ਦੇ ਬੱਚੇ ਚਿੱਟਾ ਲਾ ਰਹੇ ਆ, ਕਰ ਰਹੇ, ਟੀਕੇ ਲਾ ਰਹੇ ਆ। ਸਾਨੂੰ ਇਹਨਾਂ ਨੂੰ ਰੋਕਣਾ ਚਾਹੀਦਾ। ਜਿੱਦਾਂ ਤੁਹਾਡੇ ਕੋਲ ਕੋਈ ਬੰਦਾ ਬਹਿ ਕੇ ਇੱਦਾਂ ਦੇ ਕੰਮ ਕਰਦਾ, ਪਲੀਜ਼ ਉਹਨੂੰ ਰੋਕਿਆ ਕਰੋ। ਉਹਨੂੰ ਇੱਦਾਂ ਨਾ ਕਿਹਾ ਕਰੋ ਕਿ ਤੂੰ ਲਾ ਇੱਦਾਂ। ਬਹੁਤ ਲੋਕ ਕਰਦੇ ਕਿ ਕੋਈ ਖੜ੍ਹਾ ਹੈ ਨਾ, ਉਹਨੂੰ 4 ਪੈਸੇ ਦੇ ਕੇ, ਕਿਉਂਕਿ ਤੂੰ ਆ ਚੀਜ਼ ਲਾ, ਇਲਾ ਫੜ। ਉਹਨੂੰ ਲੱਤ ਲਾਉਂਦੇ, ਲੱਤ ਨਾ ਲਾਇਆ ਕਰੋ। ਉਹਨੂੰ 4 ਪੈਸੇ ਦੇ ਕੇ ਨਾ ਕੋਈ ਆਪਣਾ ਕੰਮ ਖੋਲੋ ਦਾ, ਜਿੱਦਾਂ ਰੋਟੀ ਦਾ ਸੀਜ਼ਨ ਚੱਲੇ ਜਿੱਦਾਂ। ਕਿਉਂਕਿ ਹੁਣ ਤੁਹਾਡੇ ਸਾਹਮਣੇ ਪੰਜਾਬ 'ਚ ਕਿੱਦਾਂ ਲੋਕ ਇੱਧਰ ਨਸ਼ੇ ਵੇਚਦੇ, ਛੋਟੇ ਛੋਟੇ ਬੱਚੇ। ਜਾਂ ਤਾਂ ਤੁਸੀਂ ਦੇਖਿਆ ਹੋਊਗਾ ਆਪਣਾ ਸਟੇਸ਼ਨਾਂ 'ਤੇ ਨਾ ਆਪਣਾ ਪੱਟੀਆਂ ਬੰਨੀਆਂ ਹੋਣਗੀਆਂ, ਉਹਨਾਂ ਦੇ ਲੇਟੇ ਹੋਊਗੇ, ਚਿੱਟੇ ਲਾ ਰਹੇ ਹੋਊਗੇ, ਕੋਈ ਸੇ ਡਰਿੰਕ ਕਰੂਗੇ, ਜਾਂ ਛੋਟੀ ਛੋਟੀ ਏਜ ਦੇ ਬੱਚੇ ਆਪਣਾ ਸਿਗਟਾਂ ਪੀਂਦੇ ਹੋਊਗੇ। ਯੂਥ ਜਿਹੜੀ ਨਸ਼ਿਆਂ 'ਚ ਪੈ ਰਹੀ ਆ, ਹੈਂ, ਉਹਨਾਂ ਦੇ ਆਪਾਂ ਵਿਰੁੱਧ ਆਪਾਂ ਸਾਰਿਆਂ ਦੇ ਯੋਗਦਾਨ ਵਧਾਉਣਾ ਹੈ ਇੱਧਰ, ਹੈਂ। ਰੈਲੀ ਤਾਂ ਹੀ ਹੈ ਕਿ ਮਤਲਬ ਜਿਹੜੇ ਅੱਜ ਕੱਲ੍ਹ ਦੀ ਪੀੜ੍ਹੀ ਆ ਨਸ਼ੇ ਕਰਦੀ, ਹੈਂ, ਕੋਈ ਮਤਲਬ ਗੰਦ 'ਚ ਪੈ ਰਹੀ ਆ, ਉਹਦਾ ਸਾਰਿਆਂ ਦੀ ਸੋਚ ਬਦਲਣ ਕਿ ਆਪਾਂ ਵੀ ਤਾਂ ਪੈਦਲ ਇੰਨੀ ਦੂਰ ਤੱਕ ਜਾਣਾ ਹੀ ਆ। ਦੈਟਸ ਵਾਈ ਆਪਾਂ ਇੱਧਰ ਆਏ ਹਾਂ ਕਿ ਰੈਲੀ 'ਤੇ ਯੋਗਦਾਨ ਵਧਾਉਣ। ਅਤੇ ਜਿਹੜੇ ਨਸ਼ੇ ਵਗੈਰਾ, ਉਹਨਾਂ ਦੀ ਜਗ੍ਹਾ ਤੁਸੀਂ ਦੁੱਧ ਪੀਓ, ਹੈਂ, ਦੁੱਧ ਪੀਓ, ਕੋਈ ਚਾਹ ਪਾਣੀ, ਹੈਂ, ਖਾਣ ਪੀਣ ਵਾਲਾ ਜਿਹੜਾ ਸਮਾਨ ਆ, ਘਿਓ, ਲੱਸੀ, ਉਹ ਸਭ ਖਾਓ ਪੀਓ। ਨਸ਼ੇ ਜ਼ਰੂਰੀ ਤੜੋ ਆਪਣੀ ਸਿਹਤ ਵਾਸਤੇ, ਹੈਂ। ਕਿੰਨਿਆਂ ਦੇ ਘਰ ਇਹਨਾਂ ਨੇ ਉਜਾੜਦੇ ਨਸ਼ਿਆਂ ਨੇ। ਬਾਈ ਥੈਂਕ ਯੂ ਜੀ। ਲੰਕੇਸ਼ ਅਟਵਾਲ ਹੈ। ਜਿਵੇਂ ਇਹਨਾਂ ਮੇਰੇ ਦੋਸਤਾਂ ਨੇ ਕਿਹਾ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ, ਜਿਵੇਂ ਭਗਵੰਤ ਮਾਨ ਜੀ ਨੇ ਵੀ ਕਿਹਾ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ, ਸਾਨੂੰ ਪੜ੍ਹਾਈ ਬਾਰੇ ਆਪਣੀ ਸੋਚਣਾ ਚਾਹੀਦਾ, ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ, ਨਾਲੇ ਆਪਾਂ ਨੂੰ ਨਸ਼ੇ ਵਿੱਚ ਜਾਣਾ ਨਹੀਂ ਚਾਹੀਦਾ ਜੀ।